ਜ਼ਿਲ੍ਹਾ SAS ਨਗਰ ਮੋਹਾਲੀ ਦਾ ਪਿੰਡ ਦਾਊਂ ਜਿਸ ਨੂੰ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਗੋਦ ਲਿਆ ਹੋਇਆ ਪਿੰਡ ਦੇ ਵਿਕਾਸ ਲਈ ਪਿੰਡ ਨੂੰ ਸਹੂਲਤਾਂ ਦੇਣ ਲਈ ਜੋ ਵਾਅਦੇ ਕੀਤੇ ਸਨ ਕੀ ਕਹਿਣਾ ਚਾਹੋਗੇ ਪਿੰਡ ਦੇ ਵਿਕਾਸ ਨੂੰ ਲੈ ਕੇ ਸਭ ਤੋਂ ਬੜਾ ਇਹ ਗੰਦਾ ਨਾਲਾ ਹੈ ਗੰਦੇ ਦੇ ਨਾਲੇ ਵਿੱਚ ਵੜ ਕੇ ਇੱਕ ਬੱਚਾ ਗਿਰ ਕੇ ਵੀ ਮਰ ਗਿਆ ਗੰਦੇ ਦੇ ਨਾਲੇ ਵਿੱਚ ਵੜ ਕੇ ਇੱਕ ਬੱਚਾ ਗਿਰ ਕੇ ਵੀ ਮਰ ਗਿਆ ਗੋਦ ਲੈਣ ਕਰਕੇ ਪਿੰਡ ਨੂੰ ਚੰਗੀਆਂ ਸਹੂਲਤਾਂ ਦੇਣੀਆਂ ਸਨ ਉਹਦੇ ਬਾਰੇ ਅਸੀਂ ਰਿਪੋਰਟ ਕਰਨ ਆਏ ਹਾਂ ਕਿ ਅਸਲ ਦੇ ਵਿੱਚ ਸਹੂਲਤਾਂ ਮਿਲੀਆਂ ਨੇ ਜਾਂ ਨਹੀਂ ਇਹ ਪਿੰਡ ਦਾ ਮੇਨ ਰਸਤਾ ਸ਼ੁਰੂਆਤ ਦੇ ਵਿੱਚ ਹੀ ਆਪਾਂ ਦੇਖ ਲੈਂਦੇ ਹਾਂ ਕਿ ਸੜਕ ਦੇ ਉੱਤੇ ਖੱਡੇ ਪਏ ਹੋਏ ਨੇ ਥੱਲੋਂ ਦੀ ਨਾਲਾ ਲੰਘਦਾ ਔਰ ਵਾਰ ਵਾਰ ਇਹ ਸੜਕ ਟੁੱਟ ਜਾਂਦੀ ਆ ਇਹਦੇ ਲਈ ਠੀਕ ਕਰਨ ਲਈ ਕੋਈ ਪ੍ਰਬੰਧ ਨਹੀਂ ਇੱਥੋਂ ਕੋਈ ਵੱਡਾ ਭਾਰੀ ਟਰੱਕ ਵੀ ਜੇ ਲੰਘਦਾ ਤਾਂ ਹਾਦਸਾ ਹੋ ਸਕਦਾ ਆਮ ਰਾਤ ਬਰਾਤੇ ਵੀ ਇੱਥੇ ਕੋਈ ਕਾਰ ਕੋਈ ਸਕੂਟਰ ਫਸ ਸਕਦੀ ਆ ਇੱਕ ਗੱਲ ਤੁਹਾਨੂੰ ਇਹ ਦੱਸਦੀ ਹੈ ਕਿ ਇਹ ਜੋ ਪਿੰਡ ਹੈ ਇਹਦੇ ਕੋਲ ਮੇਨ ਰੋਡ ਇੱਕ ਲੰਘਦੀ ਆ ਖਰੜ ਤੋਂ ਲੈ ਕੇ ਜੋ ਚੰਡੀਗੜ੍ਹ ਨੂੰ ਜਾਂਦੀ ਆ ਆਲੇ ਦੁਆਲੇ ਚੰਗੀਆਂ ਇਮਾਰਤਾਂ ਉਸਰੀਆਂ ਨੇ ਵੱਡਾ ਮੌਲ ਆ TDA ਸਿਟੀ ਹੈ ਹੋਰ ਬਹੁਤ ਸਾਰੇ ਇੱਥੇ ਵੱਡੀਆਂ ਸਹੂਲਤਾਂ ਹੈਗੀਆਂ ਨੇ ਮੇਨ ਰੋਡ ਕਰਕੇ ਪਰ ਜੋ ਪਿੰਡ ਹੈ ਪਿੰਡ ਇਸ ਤਰ੍ਹਾਂ ਲੱਗਦਾ ਜੇ ਜਿਵੇਂ ਕਿ 1947 ਵਾਲਾ ਹੀ ਹਾਲ ਹੋਵੇ ਗੋਦਲੇ ਪਿੰਡ ਦਾ ਜਿਵੇਂ ਵਿਕਾਸ ਹੋਣਾ ਚਾਹੀਦਾ ਉਹ ਪਿੰਡ ਦੀ ਐਂਟਰੀ ਤੋਂ ਨਜ਼ਰ ਨਹੀਂ ਆ ਰਿਹਾ ਪਿੰਡ ਦਾਊਂ ਦਾ ਵਿਕਾਸ ਕਿੰਨਾ ਹੋਇਆ ਅਤੇ ਕਿੰਨਾ ਨਹੀਂ ਹੋਇਆ ਇਹਦੇ ਬਾਰੇ ਗੱਲ ਕਰਦੇ ਹਾਂ ਪਿੰਡ ਦੇ ਜੋ ਪਤਵੰਤੇ ਨੇ ਮੌਜੂਦ ਨੇ ਇਹ ਨਾਲ ਸਾਡੇ ਇੱਕ ਪੰਚ ਨੇ ਪਿੰਡ ਦੇ ਇਹਨਾਂ ਤੋਂ ਪੁੱਛਦੇ ਹਾਂ ਕਿ ਵਿਕਾਸ ਕਿੰਨਾ ਕੁ ਹੋਇਆ ਪੰਚ ਸਾਹਿਬ ਇਹ ਦੱਸੋ ਪਿੰਡ ਦਾ ਵਿਕਾਸ ਕਿੰਨਾ ਕੁ ਹੋ ਚੁੱਕਿਆ ਹੁਣ ਤੱਕ ਵਿਕਾਸ ਨਹੀਂ ਹੋਇਆ ਜੀ ਪਿੰਡ ਦਾ ਬਿਲਕੁਲ ਵੀ ਕੀ ਸਹੂਲਤਾਂ ਦੀ ਘਾਟ ਹੈ ਘਾਟ ਕਾਫੀ ਸਹੂਲਤਾਂ ਦੀ ਘਾਟ ਦਾ ਪਾਣੀ ਨਹੀਂ ਪੀਣ ਨੂੰ ਜੀ ਇੱਥੇ ਸੀਵਰੇਜ ਦੀ ਬਹੁਤ ਪ੍ਰੋਬਲਮ ਹੈ ਸੀਵਰੇਜ ਦਾ ਪਾਣੀ ਯਾਰ ਸੜਕਾਂ 'ਤੇ ਘੁੰਮਦਾ ਜਿੱਦਾਂ ਬਾਰਿਸ਼ ਪੈਂਦੀ ਨਾ 2-2 ਫੁੱਟ ਪਾਣੀ ਘੁੰਮਦਾ ਰੋਡ 'ਤੇ ਜੀ ਕੋਈ ਅੱਗੇ ਪਾਣੀ ਜਾ ਨਹੀਂ ਰਿਹਾ ਰੁਕ ਜਾਂਦਾ ਪਾਣੀ ਅੱਗੇ ਦਾ ਹਾਂਜੀ ਹੁਣ ਤੁਹਾਡਾ ਨਾਂ ਦੱਸੋ ਕੀ ਹੈ ਮੇਰਾ ਨਾਮ ਸ਼ਿਵ ਕੁਮਾਰ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਦੇ ਵਿਕਾਸ ਨੂੰ ਲੈ ਕੇ ਸਭ ਤੋਂ ਬੜਾ ਇਹ ਗੰਦਾ ਨਾਲਾ ਹੈ ਜੀ ਗੰਦੇ ਦੇ ਨਾਲੇ ਵਿੱਚ ਵੜ ਕੇ ਇੱਕ ਬੱਚਾ ਗਿਰ ਕੇ ਵੀ ਮਰ ਗਿਆ ਜੀ ਔਰ ਪਾਣੀ ਬਦਬੋ ਖੜ ਕੇ ਦੇਖ ਲਓ ਬਦਬੋ ਆ ਰਹੀ ਹੈ ਸਾਰੀ ਲੋਕਾਂ ਦੇ ਲੈਟਰਿੰਗ ਦਾ ਪਾਣੀ ਵੀ ਇਹਦੇ ਵਿੱਚ ਆ ਰਿਹਾ ਤੇ ਫਿਰ ਹੋਣਾ ਕੀ ਚਾਹੀਦਾ ਇਹਦਾ ਹੱਲ ਕਿਵੇਂ ਹੱਲ ਤਾਂ ਇਹੀ ਹੈ ਵੀ ਸਫਾਈ ਹੋਵੇ ਜਾਂ ਇਹਦਾ ਬਣੇ ਕੁਛ ਤੇ ਹੋਰ ਸੜਕ ਦੇਖ ਲਓ ਸਾਡੇ ਇੰਨੇ ਖੱਡੇ ਨੇ ਕਿ ਕੋਈ ਚੱਲ ਨਹੀਂ ਸਕਦਾ ਆਰਾਮ ਨਾਲ ਆ ਗੱਡੀ ਜਾ ਰਹੀ ਹੈ ਦੇਖੋ ਕਿੱਡੇ ਵੱਡੇ ਜੰਪ ਲਊਗੀ ਹੁਣ ਇੱਕ ਜਦੋਂ ਪਿੰਡ ਦਾ ਵਿਕਾਸ ਕਰਨਾ ਹੁੰਦਾ ਪਿੰਡ ਦੇ ਸਾਹਮਣੇ ਬੋਰਡ ਲਾਈਦਾ ਕਿ ਇੱਥੇ ਆਹ ਸਹੂਲਤਾਂ ਦੇਣੀਆਂ ਨੇ 1,000,000,000 ਰੁਪਏ ਪਿੰਡ ਦੇ ਵਿਕਾਸ ਤੇ ਲਾਉਣੇ ਆ ਉਹ ਕੋਈ ਬੋਰਡ ਲੱਗਿਆ ਹੋਇਆ ਪਿੰਡ ਦੇ ਵਿੱਚ ਬੋਰਡ ਨਹੀਂ ਲੱਗਿਆ ਕੁਛ ਨਹੀਂ ਲੱਗਿਆ ਹੋਇਆ ਰੌਲਾ ਜ਼ਰੂਰ ਪਿਆ ਜੀ ਵੀ ਪਾਣੀ ਦਾ ਟੈਂਕੀ ਬਣ ਰਹੀ ਆ ਸੀਵਰੇਜ ਬਣ ਰਿਹਾ ਬਣਿਆ ਕੁਛ ਨਹੀਂ ਹਾਲ ਤੱਕ ਤੇ ਜਦੋਂ ਪ੍ਰੋਫੈਸਰ ਚੰਦੂਮਾਜਰਾ ਨੇ ਪਿੰਡ ਗੋਦ 'ਚ ਲਿਆ ਉਹਨਾਂ ਨੇ ਦੱਸਿਆ ਹੋਣਾ ਵੀ ਮੈਂ ਇੱਥੇ ਆਹ ਸਹੂਲਤਾਂ ਦੇਣੀਆਂ ਨੇ 1,000,000,000 ਰੁਪਇਆ ਖਰਚ ਕਰਨਾ ਤੁਹਾਨੂੰ ਲੱਗਦਾ ਵੀ ਕਿੰਨੇ ਕੁ ਪੈਸੇ ਖਰਚ ਹੋ ਗਏ ਕਿੰਨੇ ਖਰਚ ਕਰਨੇ ਰਹਿ ਨਹੀਂ ਖਰਚ ਹੋਇਆ ਜੀ ਅਸੀਂ ਇਹ ਕਹਿੰਦੇ ਹਾਂ 1 ਰੁਪਿਆ ਵੀ ਨਹੀਂ ਲੱਗਿਆ ਜੋ ਕਈ ਕੰਮ ਹੋਏ ਹੀ ਨਹੀਂ ਹੈਗਾ ਪੈਸਾ ਕਿੱਥੋਂ ਲੱਗ ਗਿਆ ਬਾਕੀ ਜੋ ਸਰਪੰਚ ਸਾਹਿਬ ਤੇ ਟਾਈਮ ਉਹਨਾਂ ਨੂੰ ਪਤਾ ਹੋਣਾ ਸਾਨੂੰ ਤਾਂ ਨਜ਼ਰ ਆਉਂਦਾ ਨਹੀਂ ਕੋਈ ਪੈਸਾ ਲੱਗਿਆ ਹੋਇਆ ਜਿਹੜਾ ਤੁਸੀਂ ਕਹਿੰਦੇ ਵੀ ਪਿੰਡ ਦੇ ਵਿੱਚ ਇੱਕ ਟੋਭਾ ਬਣਾਤਾ ਟੋਭੇ ਦੀ ਚਾਰਦੀਵਾਰੀ ਬਣਾਤੀ ਉਹਦਾ ਕੋਈ ਫਾਇਦਾ ਹੋਇਆ ਉਹਦਾ ਕੀ ਫਾਇਦਾ ਹੋਣਾ ਜੀ ਵੱਧ ਤੋਂ ਵੱਧ ਇਹ ਵੀ ਉੱਥੇ ਜਾ ਕੇ ਦੇਖ ਲਓ 4 ਮੁੰਡੇ ਜੂਆ ਖੇਡ ਰਹੇ ਹੋਣਗੇ ਜਾਂ ਸਿਗਰਟਾਂ ਪੀ ਰਹੇ ਹੋਣਗੇ ਬੈਠ ਕੇ ਹੋਰ ਕੋਈ ਫਾਇਦਾ ਨਹੀਂ ਹੋਇਆ ਇਹ ਫਾਇਦਾ ਹੋਇਆ ਤੇ ਜਿਹੜਾ ਕਮਿਊਨਿਟੀ ਸੈਂਟਰ ਵੀ ਤਾਂ ਬਣਾਇਆ ਲੋਕ ਉੱਥੇ ਜਨ ਜਾਂਦੀ ਹੋਣੀ ਕੋਈ ਪ੍ਰੋਗਰਾਮ ਕਰਦੇ ਉਹੀ ਦੱਸ ਰਿਹਾ ਨਾ ਜੀ ਉੱਥੇ ਜਾ ਕੇ ਦੇਖ ਲਓ ਉਹੀ ਬੈਠੇ ਹੋਣਗੇ ਪਿੰਡ ਦੇ 10 ਮੁੰਡੇ ਹਾਂ ਤੇ ਫਿਰ ਕੀ ਮੰਗ ਆ ਤੁਹਾਡੀ ਸਰਕਾਰ ਤੋਂ ਕੀ ਹੋਣਾ ਚਾਹੀਦਾ ਇਹੀ ਹੋਣਾ ਚਾਹੀਦਾ ਵੀ ਨਾਲਾ ਸਾਫ਼ ਹੋਵੇ ਸੜਕਾਂ ਠੀਕ ਹੋਣੀਆਂ ਚਾਹੀਦੀਆਂ ਨੇ ਖੱਡੇ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈ ਸਿਵਰੇਜ ਬਣਨਾ ਚਾਹੀਦਾ ਹਰ ਐਤਵਾਰ ਮੇਲਾ ਲੱਗਦਾ ਇੱਥੇ ਐਡਾ ਬੜਾ ਸੰਗਰਾਂਦ ਨੂੰ ਮੇਲਾ ਲੱਗਦਾ ਹੋਇਆ ਅੱਜ ਤੱਕ ਕੁਛ ਨਹੀਂ ਹੈ ਕੀ ਨਾਂ ਤੁਹਾਡਾ ਬੰਤ ਸਿੰਘ ਜੀ ਪਿੰਡ ਦਾ ਵਿਕਾਸ ਬਿਲਕੁਲ ਖਤਮ ਹੈ ਜੀ ਬਾਬੇ ਕਾ ਸੰਗਤ ਆਉਂਦੀ ਹੈ ਕਿ ਇੰਨਾ ਇੰਨੇ ਪਾਣੀ ਵਿੱਚੋਂ ਲੰਘਦੀ ਹੈ ਗੋਡਾ ਗੋਡਾ ਪਾਣੀ ਹੁੰਦਾ ਉਰਾ ਸਾਰੇ ਪਿੰਡ ਦਾ ਪਾਣੀ ਇੱਧਰ ਨੂੰ ਆਉਂਦਾ ਪਰ ਤੁਹਾਡਾ ਤਾਂ ਪਿੰਡ ਪਹਿਲੀ ਨੀਮੇਜ ਹੈਗਾ ਬਣਿਆ ਹੋਇਆ ਇਸ ਕਰਕੇ ਪਾਣੀ ਤਾਂ ਖੜਨਾ ਹੀ ਹੈ ਇਹਦਾ ਤਾਂ ਹਾਲ ਤਾਂ ਦੋ ਤਿੰਨ ਗਲੀਆਂ ਹੈਗੀਆਂ ਜਿਹੜੀਆਂ ਵਿੱਚ ਪਾਣੀ ਖੜਦਾ ਜਿਹੜੀਆਂ ਵਿੱਚ ਨੂੰ ਸੰਗਤ ਲੰਘਦੀ ਹੈ ਬਾਬੇ ਦੀ ਬਹੁਤ ਮਾੜਾ ਹਾਲ ਹੈਗਾ ਨਾਲੇ ਦਾ ਕੋਈ ਇਹਦਾ ਕੋਈ ਪ੍ਰਬੰਧ ਨਹੀਂ ਹੈਗਾ ਹੁਣ ਇਹ ਬਲਵੀਰ ਸਿੱਧੂ ਸੀ ਬਣੇ ਹੈਗੇ ਇਹਨਾਂ ਨੇ ਵੀ ਕੁਛ ਨਹੀਂ ਕਰਿਆ ਜਿਹੜਾ ਇੱਥੇ ਮੇਲਾ ਲੱਗਦਾ ਹਰ ਮਹੀਨੇ ਉਹ ਕਿੰਨੇ ਕੁ ਸਾਲ ਤੋਂ ਲੱਗਦਾ ਕਾਹਦੇ ਬਾਰੇ ਹਰ ਹਫ਼ਤੇ ਲੱਗਦਾ ਜੀ ਹਰ ਹਫ਼ਤੇ ਬਾਬੇ ਦਾ ਲੱਗਦਾ ਖੜਕ ਸਿੰਘ ਦਾ ਜੀ ਝੰਡਾ ਸਾਹਿਬ ਦਾ ਹਾਂ
ਜਿਸ ਪਿੰਡ ਵਿੱਚ ਵਿਕਾਸ ਦੇ ਨਾਂ ਤੇ ਕਮਿਊਨਿਟੀ ਸੈਂਟਰ ਬਣਾਇਆ ਗਿਆ ਜਿਸ ਦੀ ਇਮਾਰਤ ਹੈ ਇਹ ਵੀ ਹਜੇ ਪੂਰੀ ਤਰ੍ਹਾਂ ਅਧੂਰਾ ਹੈ, ਨਾ ਇਹਦੇ ਕੋਈ ਚਾਰ ਦੀਵਾਰੀ ਹੈ, ਕੋਈ ਪਾਰਕ ਨਹੀਂ, ਕੋਈ ਪੌਦੇ ਨਹੀਂ ਲਗਾਏ ਗਏ। ਇਹਦੇ ਉੱਤੇ ਲੱਖਾਂ ਰੁਪਈਆ ਖਰਚ ਕੀਤਾ ਗਿਆ ਹੋਣਾ। ਨਾਲ ਹੀ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਕਿ ਪਿੰਡ ਦਾ ਜੋ ਟੋਭਾ ਹੈ ਇਹ ਪੁਟਾਈ ਦਾ ਕੰਮ ਇੱਥੇ ਕੀਤਾ ਗਿਆ ਸੀ, ਜਿਹਦੇ ਉੱਤੇ ਇੱਥੇ ਬੋਰਡ ਲਿਖ ਕੇ ਲਾਇਆ ਗਿਆ ਕਿ 5,70,000 ਰੁਪਇਆ ਖਰਚ ਹੋ ਗਿਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਿਹੜਾ ਟੋਭਾ ਸੀ ਪਹਿਲਾਂ ਪੁੱਟਿਆ ਗਿਆ, ਉਸ ਤੋਂ ਬਾਅਦ ਉਹੀ ਮਿੱਟੀ ਉਸ ਥਾਂ 'ਤੇ ਪਾ ਦਿੱਤੀ ਗਈ। ਇਸ ਤਰ੍ਹਾਂ ਲੱਗਦਾ ਜਿਵੇਂ 5,00,000 ਰੁਪਈਆ ਇਸ ਟੋਭੇ ਵਿੱਚ ਹੀ ਮਿਲਾ ਦਿੱਤਾ ਗਿਆ ਹੋਵੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ, ਸਹੂਲਤਾਂ ਦੇ ਨਾਂ 'ਤੇ ਕੇਵਲ ਐਲਾਨ ਹੀ ਕੀਤੇ ਗਏ ਨੇ, ਅਮਲੀ ਤੌਰ 'ਤੇ ਕੁਝ ਵੀ ਨਹੀਂ। ਅਗਰ ਪਿੰਡ ਦੇ ਵਿਕਾਸ ਦੀ ਗੱਲ ਕਰੀਏ, ਆਲੇ ਦੁਆਲੇ ਪਿੰਡ ਦੇ ਰੂੜੀਆਂ ਲੱਗੀਆਂ ਹੋਈਆਂ ਨੇ, ਪਾਣੀ ਦਾ ਨਿਕਲਣ ਦਾ ਕੋਈ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ, ਪੀਣ ਦਾ ਪਾਣੀ ਜਿਸ ਕਾਰਨ ਮਾੜਾ ਹੈ। ਪਿੰਡ ਦੇ ਸਾਰੇ ਲੋਕ ਦੁਖੀ ਨੇ ਕਿ ਜੋ ਲੀਡਰ ਵਾਅਦੇ ਕਰਦੇ ਨੇ ਉਹ ਪੂਰੇ ਨਹੀਂ ਕੀਤੇ ਜਾਂਦੇ। ਸਾਡੇ ਨਾਲ ਨੇ ਪਿੰਡ ਦਾਊਂ ਦੇ ਅਗਾਂਹਵਧੂ ਨੌਜਵਾਨ ਸਤਨਾਮ ਸਿੰਘ, ਜੋ ਤਰਕਸ਼ੀਲ ਵੀ ਨੇ, ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਕਿ ਵਹਿਮਾਂ ਭਰਮਾਂ ਅਤੇ ਟੂਣੇ ਟਾਮਣਾਂ ਦੇ ਚੱਕਰਾਂ ਵਿੱਚ ਨਾ ਪੈਣ, ਪਰ ਇਹ ਇਸ ਗੱਲ ਨੂੰ ਲੈ ਕੇ ਵੀ ਦੁਖੀ ਨੇ ਕਿ ਪਿੰਡ ਦਾ ਵਿਕਾਸ ਬਹੁਤ ਹੀ ਅਧੂਰਾ ਹੈ, ਲੋਕ ਪਰੇਸ਼ਾਨ ਨੇ। ਇਹਨਾਂ ਤੋਂ ਜਾਣਦੇ ਹਾਂ ਪਿੰਡ ਦੀਆਂ ਕੀ ਕੀ ਸਮੱਸਿਆਵਾਂ ਨੇ। ਸਤਨਾਮ ਸਿੰਘ ਜੀ, ਪਿੰਡ ਦੀਆਂ ਕੀ ਕੀ ਮੁਸ਼ਕਲਾਂ ਨੇ ਤੁਹਾਡੇ ਦੀਆਂ? ਦੇਖੋ ਜੀ, ਪੰਜਾਬ ਦੇ ਵੈਸੇ ਤਾਂ 13,000 ਪਿੰਡਾਂ ਦੀ ਮੁਸ਼ਕਲਾਂ ਹੀ ਮੁਸ਼ਕਲਾਂ ਹੈ। ਇਹ ਪਿੰਡ ਖਾਸ ਇਸ ਕਰਕੇ ਹੈ ਕਿ ਨੈਸ਼ਨਲ ਹਾਈਵੇ 'ਤੇ ਹੈ, ਚੰਡੀਗੜ੍ਹ ਦੇ ਨੇੜੇ ਹੈ। ਇੱਕ ਪਾਸੇ ਪਿੰਡ ਦੀ ਫਿਰਨੀ ਤੋਂ ਬਾਹਰ 13-13 ਮੰਜ਼ਲੇ ਲੋਕਾਂ ਦੇ ਘਰ ਬਣੇ ਹੋਏ ਆ, ਮਲਟੀਨੈਸ਼ਨਲ ਕੰਪਨੀ ਦੇ ਵੱਡੇ ਵੱਡੇ ਸ਼ੋਰੂਮ ਹੈ, ਸ਼ੋਪਿੰਗ ਮਾਲ ਹੈ। ਉਹਦੇ ਸਾਹਮਣੇ ਜੇ ਸਾਡੇ ਪਿੰਡ ਦੀ ਤੁਲਨਾ ਕੀਤੀ ਜਾਵੇ ਅਸੀਂ ਨਰਕ ਭੋਗ ਰਹੇ ਹਾਂ। ਅਤੇ ਵੱਡੀ ਗੱਲ ਇਹ ਹੈ, ਇਤਿਹਾਸਕ ਪਿੰਡ ਹੋਣ ਕਰਕੇ ਇਹ ਸ਼੍ਰੀ ਪ੍ਰੇਮ ਸਿੰਘ ਜੀ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਨੇ ਗੋਦ ਵੀ ਲਿਆ ਹੋਇਆ, ਇਸ ਕਰਕੇ ਵੀ ਇਸ ਪਿੰਡ ਦਾ ਬਹੁਤ ਜ਼ਿਆਦਾ ਵਿਕਾਸ ਹੋਣਾ ਚਾਹੀਦਾ ਸੀ, ਪਰ ਉਸ ਲੈਵਲ 'ਤੇ ਇਸ ਪਿੰਡ ਦਾ ਵਿਕਾਸ ਨਹੀਂ ਹੋਇਆ। ਹੋ ਸਕਦਾ ਕਿ ਪ੍ਰਧਾਨ ਮੰਤਰੀ ਜੀ ਨੇ ਮੈਂਬਰ ਪਾਰਲੀਮੈਂਟ ਦੇ ਥਰੂ ਇਹ ਪਿੰਡ ਗੋਦ ਲਿਆ ਹੋਵੇ, ਲਿਆ ਜਿੱਦਾਂ ਆਪਾਂ ਸੁਣਦੇ ਹਾਂ, ਪਰ ਜੇ ਕਰੋੜਾਂ ਰੁਪਏ ਗ੍ਰਾਂਟ ਆਉਣੀ ਸੀ ਇਸ ਪਿੰਡ ਨੂੰ, ਉਸ ਮੁਤਾਬਕ ਤਾਂ ਕੁਛ ਵੀ ਨਹੀਂ, ਕੁਛ ਗਲੀਆਂ ਦੇ ਵਿੱਚ ਲੀਪਾ ਪੋਚੀ ਕੀਤੀ ਗਈ ਹੈ ਬਸ। ਬਾਕੀ ਜੇ ਪਿੰਡ ਦੇ ਛੱਪੜ ਦੇਖ ਲਈਏ, ਪਿੰਡ ਦੀਆਂ ਨਾਲੀਆਂ ਦੇਖ ਲਈਏ, ਪਿੰਡ ਦੀਆਂ ਗਲੀਆਂ ਦੇਖ ਲਈਏ, ਪਿੰਡ ਦੀ ਡਿਸਪੈਂਸਰੀ ਦੇਖ ਲਈਏ ਜਾਂ ਪ੍ਰਾਇਮਰੀ ਸਕੂਲ ਦੇਖ ਲਈਏ, ਤਾਂ ਅਸੀਂ ਨਰਕ ਭੋਗ ਰਹੇ ਹਾਂ। ਇੰਨਾ ਵੱਡਾ ਨਰਕ ਕਿ ਪਿੰਡ ਦਾ ਇੱਕ ਮੇਨ ਨਾਲਾ ਹੈ, ਉਸ ਨਾਲੇ 1.5 ਸਾਲ ਦਾ ਬੱਚਾ ਡੁੱਬ ਕੇ ਮਰ ਗਿਆ। ਇਹ ਸ਼ਰਮਨਾਕ ਕਾਰ ਆ, ਜਿਹੜਾ ਸ਼ਰਮਨਾਕ ਘਟਨਾ ਸਾਡੇ ਦਾਊਂ ਪਿੰਡ 'ਚ ਹੋਈ ਹੈ। ਇਹ ਮਤਲਬ ਸਾਡੇ ਪਿੰਡ ਦਾ ਵਿਕਾਸ ਹੈਗਾ। ਜਦੋਂ ਤੁਹਾਡੇ ਪਿੰਡ ਨੂੰ ਅਡੋਪਟ ਕੀਤਾ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ, ਉਹਨਾਂ ਨੇ ਦੱਸਿਆ ਹੋਣਾ ਕਿ 1,00,000 ਰੁਪਏ ਦੇ ਖਰਚ ਆਏਗਾ, ਉਹ ਤੁਹਾਡੇ ਕੋਈ ਨੌਲੇਜ 'ਚ ਹੈਗਾ? ਦੇਖੋ, ਇਸ ਤਰ੍ਹਾਂ ਦਾ ਨੌਲੇਜ ਨਹੀਂ ਹੈ, ਪਰ ਇੱਦਾਂ ਅਖਬਾਰਾਂ ਜ਼ਰੂਰ ਪੜਿਆ ਕਿ 1,00,000 ਰੁਪਏ ਸਾਲ ਦਾ ਕਹਿੰਦੇ ਸੀ ਆਉਣਾ। ਜੇ ਚੰਦੂਮਾਜਰਾ ਜੀ ਨੇ 4 ਸਾਲ ਹੈ ਤਾਂ 4,00,000 ਰੁਪਏ ਆਉਣਾ ਚਾਹੀਦਾ ਸੀ। 4,00,000 ਤਾਂ ਇੱਕ ਸ਼ਹਿਰ ਦੇ ਇੱਕ ਕਸਬੇ ਦਾ ਪੂਰਾ ਵਿਕਾਸ ਹੋ ਜਾਂਦਾ, ਇਹ ਤਾਂ ਛੋਟਾ ਜਿਹਾ ਪਿੰਡ ਹੈ। ਫਿਰ ਵੀ ਨਹੀਂ, ਮਤਲਬ ਅਨਾਊਂਸਮੈਂਟਾਂ ਜ਼ਰੂਰ ਹੋਈਆਂ ਪਰ ਨਹੀਂ ਲੱਗਿਆ। ਅਤੇ ਜੇ ਪਿੰਡ ਦਾ ਇੱਕ ਟੋਭਾ ਦੇਖ ਲਈਏ, ਉਸ ਟੋਭੇ 'ਚ ਤਾਂ ਇੰਨੇ ਜ਼ਿਆਦਾ ਸੱਪ ਸਪੋਲੀਏ, ਪਤਾ ਨਹੀਂ ਕਿੰਨਾ ਜੰਗਲ ਉੱਥੇ ਉੱਗਿਆ ਹੋਇਆ ਪਿੰਡ ਦੇ ਸੈਂਟਰ ਦੇ ਵਿੱਚ। ਪਿੰਡ ਦਾ ਜਿਹੜਾ ਗਰਾਊਂਡ ਵਾਟਰ ਲੈਵਲ ਹੈ, ਜ਼ਮੀਨ ਦੇ ਨੀਚੇ ਦਾ ਜ਼ਮੀਨ ਪਾਣੀ ਹੈ, ਉਹ ਬਿਲਕੁਲ ਹੀ ਗੰਦਾ ਹੋ ਚੁੱਕਿਆ। 30 ਸਾਲ ਤੋਂ ਟੋਭੇ ਦੀ ਕੋਈ ਸਫਾਈ ਨਹੀਂ ਹੋਈ, ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਚੰਦੂਮਾਜਰੇ ਨੇ ਗੋਦ ਲਿਆ ਜਾਂ ਅਸੀਂ ਪਿੰਡ ਦੇ ਵਿੱਚ ਆਏ, ਤਾਂ ਪਿੰਡ ਦਾ ਪਾਣੀ ਨਹੀਂ ਪੀ ਸਕਦੇ। ਅਤੇ ਪਿੰਡ ਦੇ ਵਿੱਚ ਪਾਣੀ ਦੇ ਪੀਣ ਦੀ ਕੀ ਸਹੂਲਤ ਹੈਗੀ? ਕੋਈ ਟੈਂਕੀ ਹੋਵੇ ਜਾਂ ਕੋਈ ਡੂੰਘਾ ਟਿਊਬਵੈੱਲ ਲੱਗਿਆ ਹੋਵੇ? ਪਿੰਡ ਦੇ ਵਿੱਚ ਆਪਣਾ ਕੋਈ ਟਿਊਬਵੈੱਲ ਹੈ ਨਹੀਂ। ਇੱਥੋਂ 2 ਕਿਲੋਮੀਟਰ ਪਿੱਛੇ ਇੱਕ ਰਾਮਗੜ੍ਹ ਸਾਡੇ ਪਿੰਡ ਦਾ ਇੱਕ ਛੋਟਾ ਪਿੰਡ, ਉਹਦੀ ਪੰਚਾਇਤ ਲੱਗਣੀ ਹੈ, ਉੱਥੇ ਇੱਕ ਪਾਣੀ ਦੀ ਟੈਂਕੀ ਹੈ। ਹੁਣ ਜਿਹੜਾ ਪਿਛਲੇ 15-20 ਸਾਲਾਂ ਪਿੰਡ ਦੇ ਇਲਾਕੇ ਦਾ ਵਿਕਾਸ ਹੋਇਆ, ਇੱਥੇ ਗੈਰ ਕਾਨੂੰਨੀ ਕਲੋਨੀਆਂ, ਕਾਨੂੰਨੀ ਕਲੋਨੀਆਂ ਅਤੇ ਰਾਮਗੜ੍ਹ ਪਿੰਡ ਅਤੇ ਦਾਊਂ ਪਿੰਡ, ਉਹ ਸਫੀਸ਼ੈਂਟ ਹੈ ਨਹੀਂ ਬੋਰ ਜਿਹੜਾ। ਇਸ ਕਰਕੇ ਉਹ ਪਿੰਡ ਦੇ ਪਾਣੀ ਦਾ ਵੀ ਜਿਹੜਾ ਅੱਛਾ ਹਾਲ ਹੈ ਨੇ, ਅਤੇ ਲੋਕਾਂ ਨੂੰ ਨਹੀਂ ਮਿਲਦਾ, ਜਿਹੜਾ ਜ਼ਮੀਨ ਦੇ ਨੀਚੇ ਦਾ ਪਾਣੀ ਪੀਣ ਯੋਗ ਹੈ ਨੇ। ਇੱਕ ਵੱਡੀ ਘਾਟ ਸਾਨੂੰ ਇਹ ਲੱਗੀ ਜਦੋਂ ਪਿੰਡ ਦੇ ਵਿੱਚ ਆਏ ਕਿ ਇੱਥੇ ਕੋਈ ਖੇਡ ਮੈਦਾਨ ਨਹੀਂ, ਕੋਈ ਸਟੇਡੀਅਮ ਨਹੀਂ, ਔਰ ਉੱਥੇ ਸਾਨੂੰ ਅਕਾਲੀ ਦਲ ਦੇ ਜੋ ਇੱਥੇ ਟੇਬਲ ਨੇ ਉਹ ਤਾਂ ਲੱਗੇ ਮਿਲੇ, ਸਾਨੂੰ ਇਹ ਲੱਗਿਆ ਵੀ ਚੱਲ ਇੰਨੀ ਕੁ ਸਹੂਲਤ ਹੈਗੀ ਆ, ਹੋਰ ਇੱਥੇ ਕੁਛ ਹੈ ਨਹੀਂ, ਇਹਦੇ ਬਾਰੇ ਕੀ ਕਹੋ? ਦੇਖੋ ਜੀ, ਇਹ ਪਿੰਡ ਦੇ ਚੰਡੀਗੜ੍ਹ ਦੇ ਨੇੜੇ ਹੋਣ ਕਰਕੇ ਜ਼ਮੀਨਾਂ ਦੇ ਰੇਟ ਬਹੁਤ ਵੱਧ ਗਏ ਆ, ਇਸ ਕਰਕੇ ਜਿਹੜੀ ਆਬਾਦੀ ਦੇ ਹੈ ਇੱਕ ਤਰ੍ਹਾਂ ਦੇ ਲੋਕਾਂ ਨੇ ਕਬਜ਼ਾ ਹੀ ਕੀਤੇ ਆ, ਅਤੇ ਕੁਝ ਪੰਚਾਇਤ ਮੈਂਬਰਾਂ ਨੇ ਵੀ, ਆਪਾਂ ਸੱਜੇ ਪਾਸੇ ਦੇਖਦੇ ਹਾਂ ਉੱਥੇ ਜਿਹੜੀ ਗਊ ਚਰਾਂਦ ਹੁੰਦੀ ਸੀ ਕਦੇ ਪਿੰਡਾਂ ਦੇ ਵਿੱਚ, ਜਾਂ ਸ਼ਡਿਊਲ ਕਾਸਟ ਮਹੱਲੇ ਦੀ ਕੋਈ ਟੋਇਲਟ ਬਣਨੇ ਸੀਗੇ, ਉਹ ਜ਼ਮੀਨ 'ਤੇ ਵੀ ਕਿਸੇ ਨੇ ਨਜਾਇਜ਼ ਕਬਜ਼ੇ ਕਰ ਲਏ ਆ, ਅਤੇ ਇਸ ਤਰੀਕੇ ਨਾਲ ਜਿਹੜੀ ਇੱਥੇ ਨੇੜੇ ਤੇੜੇ ਨਜਾਇਜ਼ ਕਬਜ਼ੇ ਹੋ ਰਹੇ ਆ। ਅਤੇ ਹੋਰ ਜੇ ਆਪਾਂ ਦੇਖੀਏ, ਉਹ ਸਾਹਮਣੇ ਪੰਚਾਇਤੀ ਜ਼ਮੀਨ ਹੈ 5 ਕਿੱਲੇ, ਬਿਲਕੁਲ ਸਨੀ ਇਨਕਲੇਵ ਦੇ ਨੇੜੇ, ਉੱਥੇ ਝੌਂਪੜੀਆਂ ਬਣਾਈਆਂ ਜਾ ਰਹੀਆਂ ਸੀ। 2 ਸਾਲ ਤੋਂ ਪ੍ਰੋਸੈਸ ਨੂੰ ਕਹਿੰਦੇ ਆ ਰਹੇ ਕਿ ਨਜਾਇਜ਼ ਕਬਜ਼ਾ ਇਹਨੂੰ ਹਟਾ ਦਿਓ, ਉਹ 4-5 ਕਰੋੜ ਰੁਪਏ ਕਿੱਲੇ ਦੀ ਜ਼ਮੀਨ ਹੈਗੀ, 5-7 ਕਿੱਲੇ ਦੀ ਜ਼ਮੀਨ 'ਤੇ ਉਹ ਝੌਂਪੜੀਆਂ ਬਣੀਆਂ।
ਮਤਲਬ ਉਹ ਮਿਲੀ ਭੁਗਤ ਤੋਂ ਬਿਨਾਂ ਕਦੇ ਵੀ ਨਹੀਂ ਕਬਜ਼ੇ ਹੋ ਸਕਦੇ। ਜਿਹੜੇ ਸਰਕਾਰ ਗਰੀਬਾਂ ਨੂੰ ਮਕਾਨ ਬਣਾ ਕੇ ਦਿੰਦੀ ਆ ਪੰਚਾਇਤੀ ਥਾਂ 'ਤੇ, ਖਰਚਾ ਕਰਦੇ ਆ, ਜਾਂ ਜਿਹਦੇ ਮਕਾਨ ਢਹਿ ਜਾਂਦੇ ਆ ਉਹਨਾਂ ਦੀ ਮੁਰੰਮਤ ਲਈ ਦਿੰਦੀ ਆ, ਉਹ ਪਿੰਡ ਦੇ ਗਰੀਬਾਂ ਲਈ ਕੋਈ ਆਇਆ ਪੈਸਾ? ਦੇਖੋ ਜੀ, ਜਿਹੜੀ ਤਾਂ ਹੈਗੀ ਪਿੰਡ ਦੇ ਲੋਕਾਂ ਨੂੰ ਗਰੀਬਾਂ ਨੂੰ ਘਰ ਦੇਣੇ EWS ਸਕੀਮ, ਮੈਂ ਇਸ ਮਾਮਲੇ 'ਚ ਵੱਡੇ ਲੈਵਲ 'ਤੇ ਲੜਾਈ ਲੜਾ ਲੰਬੇ ਸਮੇਂ ਤੋਂ। ਇਹ ਜਿਹੜੀ ਮੈਂ ਜ਼ਮੀਨ ਦੀ ਗੱਲ ਕਰਦਾ, ਪਿਛਲੀਆਂ ਪੰਚਾਇਤਾਂ ਨੇ ਮਤੇ ਪਾ ਕੇ ਕੁਝ ਗਰੀਬਾਂ ਨੂੰ ਆਇਡੈਂਟੀਫਾਈ ਕਰਕੇ ਉਹ ਪਲਾਟ ਉੱਤੇ ਕੱਟਣ ਦਾ ਮਤੇ ਵੀ ਪਾਏ ਹੋਏ ਆ, ਪਰ ਅੱਗੇ ਉਹ ਪ੍ਰੋਸੈਸ ਜਿਹੜਾ ਅੱਗੇ ਨਹੀਂ ਚਾਲੂ ਹੋ ਸਕਿਆ ਅਤੇ ਉਹ ਰੋਕ ਦਿੱਤਾ ਗਿਆ, ਇਸ ਕਰਕੇ ਨਹੀਂ ਮਿਲਿਆ। ਅਤੇ ਜਿਹੜੀ ਸਰਵੇ ਹੋਏ ਆ ਪਿਛਲੇ, ਇੱਕ ਜਾਂ ਦੋ ਬੰਦੇ ਨੂੰ ਕਹਿ ਰਹੇ ਸੀ ਕਿ ਗਰੀਬ ਮੰਨਿਆ ਗਿਆ, ਪਰ ਦੂਜੇ ਪਾਸੇ ਇੱਕ ਅਸਮਾਨੀ ਬਿਜਲੀ ਡਿੱਗ ਕੇ ਇੱਕ ਪਰਿਵਾਰ ਦੱਬ ਗਿਆ ਸੀ, ਉਹ ਪਿਛਲੀ ਸਰਦੀਆਂ ਦੇ ਵਿੱਚ ਇੱਕ ਪੱਲੀ ਪਾ ਕੇ ਬੈਠੇ ਰਿਹਾ ਅਤੇ ਉਹ ਗਰੀਬੀ ਲਾਈਨ 'ਚ ਹੈ ਨਹੀਂ, ਉਹਦੇ ਘਰ ਦੇ 10 ਮੀਟਰ ਦੂਰ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਗਰੀਬਾਂ ਨੂੰ ਮਕਾਨ ਵੰਡਦੇ ਆ। ਹਾਥੀ ਦਾ ਦਿਖਾਉਣ ਦੇ ਹੋ ਰਿਹਾ ਅਤੇ ਖਾਣ ਦੇ ਹੋ ਰਿਹਾ। ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ, ਸਮਾਜ ਸੇਵੀ ਸੰਸਥਾਵਾਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਦਾ ਘਰ ਬਣਾਇਆ। ਅਤੇ ਫਿਰ ਤੁਸੀਂ ਜਾਂ ਹਲਕੇ ਦਾ ਕੋਈ MLA ਆ, MP ਨੇ, ਪ੍ਰੋਫੈਸਰ ਚੰਦੂ ਮਾਜਰਾ, ਇਹਨਾਂ ਨੂੰ ਸਮੱਸਿਆਵਾਂ ਲੈ ਕੇ ਮਿਲਦੇ ਨਹੀਂ ਤੁਸੀਂ? ਹਾਂ, ਜਿਹੜੀ ਤਾਂ ਹੋ ਗਈ ਰਾਜਨੀਤਿਕ ਤੌਰ 'ਤੇ, ਅਸੀਂ ਪਾਰਟੀਬਾਜ਼ੀ 'ਚ ਮੈਂ ਖੁਦ ਤੌਰ 'ਤੇ ਨਹੀਂ ਪੈਣਾ ਚਾਹੁੰਦਾ, ਪਰ ਜਦੋਂ ਮੀਡੀਆ 'ਚ ਗੱਲ ਆ ਰਹੀ ਹੈ ਪਿੰਡ ਦੀਆਂ ਸਾਰੀਆਂ ਸਮੱਸਿਆਵਾਂ ਦੀ, ਉਹ ਚੰਦੂ ਮਾਜਰੇ ਜੀ ਪੜ੍ਹਦੇ ਆ ਅਤੇ ਬਲਵੀਰ ਸਿੰਘ ਸਿੱਧੂ ਜੀ ਪੜ੍ਹਦੇ, ਸਾਰੀ ਪਾਰਟੀ ਦੇ ਪੜ੍ਹਦੇ ਆ, ਅਤੇ ਕੋਈ ਹਿਲਜੁਲ ਨਹੀਂ। ਅਖਬਾਰਾਂ 'ਚ ਆਉਂਦੇ ਆ, ਟੈਲੀਵਿਜ਼ਨ 'ਚ ਆਉਂਦਾ, ਇੱਕ ਦਿਨ ਪੜ੍ਹ ਕੇ ਲੋਕ ਚੁੱਪ ਕਰ ਜਾਂਦੇ ਆ, ਅਤੇ ਨੇਤਾ ਆਪਣੀ ਆਪਣੀ ਥਾਂ ਬੈਠੇ ਆ, ਉਹਨਾਂ ਨੂੰ ਸਭ ਕੁਝ ਪਤਾ। ਤੁਹਾਡੇ ਮੁਤਾਬਕ ਜਿਹੜਾ ਪੈਸਾ ਆਵੇ, ਇੱਕ ਤਾਂ ਇਹ ਜੋ ਮਨਰੇਗਾ ਯੋਜਨਾ ਤਹਿਤ ਇਹਦੀ ਸਫਾਈ ਹੋ ਸਕਦੀ ਹੈ, ਦੂਜਾ ਇੱਥੇ ਕੀ ਹੋ ਸਕਦਾ ਅਤੇ ਪਹਿਲਾਂ ਕਿਵੇਂ ਸੀ ਇਹ ਟੋਬਾ? ਦੇਖੋ ਜੀ, ਮੇਰੀ ਉਮਰ 40 ਸਾਲ ਤੋਂ ਵੱਧ ਆ, ਨਾਲ ਪੰਡਿਤ ਜੀ ਖੜ੍ਹੇ, ਸਾਡੇ ਪਿੰਡ ਦੇ ਬਜ਼ੁਰਗ ਹੈ, ਅਸੀਂ ਨਹਾਉਂਦੇ ਰਹੇ ਇਸ ਟੋਬੇ 'ਚ, ਕੱਪੜੇ ਧੋਂਦੇ ਰਹੇ ਹਾਂ, ਮੱਝਾਂ ਨਾਲ ਕਰਦੇ ਰਹੇ, ਅਤੇ ਕੁਛ ਲੋਕ ਤਾਂ ਇੱਥੋਂ ਪੀਣ ਵਾਲਾ ਪਾਣੀ ਵੀ ਲਿਜਾਂਦੇ ਰਹੇ ਹਾਂ। ਬੜਾ ਸਾਫ਼ ਸੁਥਰਾ ਟੋਬਾ ਸੀ ਇਹ, ਪਰ ਪਿਛਲੇ 30 ਸਾਲ ਤੋਂ ਇਸ ਟੋਬੇ ਦੀ ਕੋਈ ਸਫਾਈ ਨਹੀਂ ਹੋਈ। ਇਸ ਪਿੰਡ, ਕਿਉਂਕਿ ਇਤਿਹਾਸਿਕ ਪਿੰਡ ਹੈ, ਬਹੁਤ ਵੱਡਾ ਮੇਲਾ ਭਰਦਾ, ਜੇ ਚੰਡੀਗੜ੍ਹ ਦੀ ਤਰ੍ਹਾਂ 'ਤੇ ਝੀਲ ਬਣਾ ਦਿੱਤੀ ਜਾਵੇ ਇਹਦੀ, ਤਾਂ ਪਿੰਡ ਨੂੰ ਆਮਦਨ ਹੋ ਸਕਦੀ ਹੈ, ਕੋਈ ਸੰਗਤ ਇੱਥੇ ਬਹੁਤ ਆਉਂਦੀ ਹੈ, ਟਿਕਟ ਲਗਾ ਦਿੱਤੀ ਜਾਵੇ, ਕੋਈ ਖੇਡ ਗਰਾਊਂਡ ਬਣਾ ਦਿੱਤਾ ਜਾਵੇ, ਕੁਛ ਵੀ ਹੋ ਸਕਦਾ। ਜੇ ਚੰਦੂ ਮੰਜਰ ਸਾਹਿਬ ਨੇ ਗੋਦ ਲਿਆ ਤਾਂ ਕਰੋੜਾਂ ਰੁਪਏ ਫੰਡ ਹੈਗੇ ਆ, ਕੁਛ ਲੱਖ ਦੇ ਵਿੱਚ ਇਹ ਕੁਛ ਹੋ ਸਕਦਾ। ਕਦੇ ਸਫਾਈ ਹੋਈ ਹੈ ਜੀ? ਨਾ ਜੀ, ਪਿਛਲੇ 30 ਸਾਲ 'ਚ ਕਦੇ ਸਫਾਈ ਨਹੀਂ ਹੋਈ। ਇੱਕ ਵਾਰੀ ਪਿੰਡ ਦੇ ਕੁਛ ਲੋਕਾਂ ਨੇ ਇਕੱਠਾ ਹੋ ਕੇ ਪਾਈਪ ਦੱਬਿਆ ਸੀ, ਪਾਣੀ ਕੱਢਿਆ ਸੀ, ਉਹ ਕਦੇ ਬੰਦ ਹੋ ਜਾਂਦਾ, ਕਦੇ ਚੱਲ ਪੈਂਦਾ, ਹੁਣ ਉਸ ਤਰੀਕੇ ਦਾ ਨਹੀਂ ਰਿਹਾ। ਅਤੇ ਉਲਟਾ ਜਿਹੜੇ ਘਰਾਂ 'ਚ ਆਪਾਂ ਖੜ੍ਹੇ ਹਾਂ, ਇਹਨਾਂ ਦੇ ਕਦੇ ਸੱਪ ਆਉਂਦੇ ਆ, ਕਦੇ ਡੱਡੂ ਆਉਂਦੇ ਆ, ਮੱਛਰ ਪੈਦਾ ਹੁੰਦੇ ਆ, ਡੇਂਗੂ ਫੈਲਦਾ, ਅਤੇ ਇਸੇ ਟੋਬੇ ਕਰਕੇ ਪਿੰਡ ਦੇ ਸਾਰੇ ਪਾਣੀ, ਜਿਹੜਾ ਗਰਾਊਂਡ ਵਾਟਰ ਲੈਵਲ ਹੈ, ਇਸ ਟੋਬੇ ਕਰਕੇ ਖਰਾਬ ਹੋਇਆ। ਲੋਕਾਂ ਦੇ ਘਰਾਂ 'ਚ ਪੀੜਾ ਰੰਗ ਦਾ ਪਾਣੀ ਆਉਂਦਾ, ਜੇ 300 ਫੁੱਟ ਤੋਂ ਵੀ ਆਪਾਂ ਕਰੀਏ ਤਾਂ। ਬਾਉਂਡਰੀ ਬਣਾ ਦਿੱਤੀ ਜਾਵੇ ਤਾਂ ਇਹ ਜਿਹੜੇ ਨਜਾਇਜ਼ ਕਬਜ਼ੇ ਵੀ ਰੁਕ ਜਾਂਦੇ? ਹਾਂ, ਨਜਾਇਜ਼ ਕਬਜ਼ੇ ਵੀ ਰੁਕ ਸਕਦੇ ਜੇ ਬਾਉਂਡਰੀ ਬਣਾ ਦਿੱਤੀ ਜਾਵੇ। ਕੋਈ ਇੱਥੇ ਪਲੇਗਰਾਊਂਡ ਬਣਾ ਸਕਦੇ ਆ, ਪਿੰਡ 'ਚ ਹੈ ਨਹੀਂ, ਬੱਚਿਆਂ ਦੇ ਖੇਡਣ ਵਾਸਤੇ ਕੁਛ ਵੀ ਨਹੀਂ ਹੈਗਾ। ਝੀਲ ਬਣਾ ਸਕਦੇ ਹਾਂ, ਕੋਈ ਹੋਰ ਕਮਿਊਨਿਟੀ ਸੈਂਟਰ ਬਣਾ ਸਕਦੇ, ਕੁਛ ਵੀ ਬਣਾ ਸਕਦੇ ਹਾਂ, ਪਰ ਜੇ ਨੀਤ ਹੋਏ ਕਰਨ ਦੀ ਲੀਡਰਾਂ ਦੀ। ਤੁਹਾਡਾ ਕੀ ਨਾਮ ਜੀ? ਲਛਮਣ ਦਾਸ ਜੀ। ਸਮੱਸਿਆ ਤਾਂ ਇਹ ਬਹੁਤ ਗੰਦ ਖਾਨਾ ਜੀ, ਬਿਮਾਰੀ ਦਾ ਘਰ ਹੈ, ਸੱਪ ਆਉਂਦੇ ਹੈ ਜੀ, ਬੁਰਾ ਹਾਲ ਹੈ, ਬਾਂਕੇ ਦਿਹਾੜੇ ਕੋਈ ਥਲ ਨਾ, ਚੰਦੂ ਮਾਜਰੇ ਨੇ ਕੋਈ ਨਹੀਂ ਕਰਿਆ। ਕਰਨਾ ਤਾਂ ਜੀ ਉੱਥੇ ਇਹਨੂੰ ਮਿੱਟੀ ਮੁੱਟੀ ਪਾ ਕੇ ਨਿਕਾਸ ਹੋਣਾ ਚਾਹੀਦਾ ਤਾ, ਹੈ ਜੀ, ਇੱਥੇ ਕੋਈ ਪਲੇ ਗਰਾਊਂਡ ਹੋਣਾ ਚਾਹੀਦਾ ਤਾ, ਹੈ ਜੀ, ਕੋਈ ਹੋਰ ਪਿੰਡ ਦਾ ਜਨ ਘਰ ਹੋਣਾ ਚਾਹੀਦਾ ਤਾ। ਮੁੱਦਾ ਹੋਣਾ ਉਹ ਤਾਂ ਲਾਜ਼ਮੀ ਹੁੰਦਾ, ਜੇ ਪਿੰਡ ਦੇ ਵਿਕਾਸ ਲੈ ਲਿਆ ਜੀ, ਪਿੰਡ ਦੇ ਟੋਬੇ ਦਾ ਤਾਂ ਇਲਾਜ ਹੋਣੀ ਹੈ ਜੀ, ਕੁਛ ਨਹੀਂ ਕਰਿਆ ਇਹਨੇ। ਅਤੇ ਜਿਹੜਾ ਹੁਣ MLA ਕਾਂਗਰਸ ਵਾਲਾ, ਉਹ ਨਹੀਂ ਕੁਛ ਕਰਦਾ? ਉਹ ਕੁਛ ਨਹੀਂ ਕਰਦਾ, ਬਲਵੀਰ ਸਿੱਧੂ ਵੀ ਕੁਛ ਨਹੀਂ ਕਰਦਾ, ਨਾ ਉਹਨੇ ਕਰਨਾ। ਪਿੰਡ ਦੀ ਜਿਹੜੀ ਆਮਦਨ ਪੰਚਾਇਤ ਦੀ, ਉਹ ਵੀ ਤਾਂ ਹੋਣੀ। ਉਹ ਪੰਚਾਇਤ ਦੀ ਆਮਦਨ ਹੈਗੀ ਹੈ ਜੀ, ਉਹ ਖਰਚ ਕੀਤੀ ਜਾਂਦੀ, ਕਿੰਨੀ ਕੁ ਆਮਦਨ ਹੈ ਜੀ? ਘੱਟ ਆਮਦਨ ਹੈ ਜੀ, ਪਿੰਡ ਬਹੁਤ ਵੱਡਾ, ਸ਼ਹਿਰ ਦੇ ਨਾਲ ਹੈ ਜੀ, ਕੋਈ ਨਹੀਂ ਇਹਨੂੰ ਪੁੱਛਦਾ, ਬਾਬਿਆਂ ਦਾ ਪਿੰਡ ਹੈ ਆਹ, ਗੁਰੂਆਂ ਦਾ। ਮੈਨੂੰ ਤਾਂ ਲੱਗਦਾ ਜਿਹੜੇ ਆਮ ਪਿੰਡ ਨੇ ਸ਼ਹਿਰ ਤੋਂ ਦੂਰ ਦੂਰ ਵਾਲੇ, ਉਹ ਵੀ ਇਸ ਪਿੰਡ ਨੂੰ ਠੀਕ ਹੋਣਗੇ, ਕਿਉਂਕਿ ਪਿੰਡਾਂ ਦੀਆਂ ਤਾਂ ਸੜਕਾਂ ਠੀਕ ਹੈ ਜੀ, ਇਸ ਪਿੰਡ ਨਾਲ ਠੀਕ ਹੈ, ਰੈਪਿਡ ਚਲ ਜਾਓ ਠੀਕ ਹੈ, ਬੜਮਾਜਰੇ ਚਲ ਜਾਓ ਠੀਕ ਹੈ, ਇਹ ਪਿੰਡ ਵਿੱਚ ਰਾਜ ਮੈਂ ਤੁਹਾਨੂੰ ਦੱਸਦਾ, 10 ਆਦਮੀ ਕੇ ਕੋਈ ਮਰਗਤ ਹੋ ਜਾਵੇ ਨਾ, ਕਿਸੇ ਦੇ ਘਰ ਬੈਠਣੀ 10 ਆਦਮੀ ਨੂੰ ਜਗ੍ਹਾ ਨਹੀਂ ਹੈ ਵੀਰੇ, ਜੇ ਕੋਈ ਵਿਆਹ ਸ਼ਾਦੀ ਹੋਵੇ ਤਾਂ ਨਹੀਂ ਕੋਈ ਜਗ੍ਹਾ ਪ੍ਰਾਹੁਣੇ ਨੂੰ ਬੈਠਣੇ ਨੂੰ, ਜਿਹੜੀ ਚੀਜ਼ ਲੋਕਾਂ ਨੇ ਦੱਬ ਲਈ, ਇਹਨੂੰ ਜੇ ਬਾਊਂਡਰੀ ਕਰ ਦੇਵੇ ਸਭ ਠੀਕ ਹੋ ਜਾਵੇ, ਔਰ ਸਾਰੇ ਪਿੰਡ ਦਾ ਕੰਮ ਪੂਰਾ ਹੋ ਸਕਦਾ। ਇਹ ਸਨ ਪਿੰਡ ਦਾਊਂ ਦੇ ਵਾਸੀ, ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਤਾਂ ਲਈਆਂ ਜਾਂਦੀਆਂ ਨੇ, ਪਰ ਉਹ ਲਾਰੇ ਪੂਰੇ ਨਹੀਂ ਕੀਤੇ ਜਾਂਦੇ, ਵਿਕਾਸ ਪੱਖੋਂ ਪਿੰਡ ਅਧੂਰਾ ਹੈ, ਪਿੰਡ ਦੇ ਵਿੱਚ ਸੀਵਰੇਜ ਨਹੀਂ ਹੈ, ਸੜਕਾਂ ਟੁੱਟੀਆਂ ਹੋਈਆਂ ਨੇ, ਔਰ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਘਾਟ ਆ, ਲਾਈਟਾਂ ਵੀ ਲੱਗੀਆਂ ਨਹੀਂ ਹੋਈਆਂ,
ਪੀਣ ਦਾ ਪਾਣੀ ਵੀ ਇੱਥੇ ਸਹੀ ਨਹੀਂ ਮਿਲ ਰਿਹਾ। ਵੱਡੀ ਦਿੱਕਤ ਇਹਨਾਂ ਨੇ ਇਹ ਦੱਸੀ ਕਿ ਜਿਹੜੇ ਬਜ਼ੁਰਗ ਨੇ ਪਿੰਡ ਵਸਾਇਆ ਸੀ ਖੜਕ ਸਿੰਘ ਨੇ, ਉਹਨਾਂ ਦੀ ਯਾਦ 'ਚ ਹਰ ਹਫ਼ਤੇ ਮੇਲਾ ਲੱਗਦਾ, ਜਦੋਂ ਇੱਥੇ ਮੀਂਹ ਪੈ ਜਾਂਦਾ ਵਰਖਾ ਹੋ ਜਾਂਦੀ ਆ ਤਾਂ ਲੋਕਾਂ ਨੂੰ ਗੋਡੇ ਗੋਡੇ ਪਾਣੀ ਵਿੱਚ ਲੰਘ ਕੇ ਬਾਬੇ ਦੇ ਉੱਥੇ ਸਥਾਨ 'ਤੇ ਮੱਥਾ ਟੇਕਣ ਜਾਣਾ ਪੈਂਦਾ। ਪਿੰਡ ਦੇ ਲੋਕਾਂ ਨੇ ਕਿਹਾ, ਇਹਨਾਂ ਦਾ ਕਹਿਣਾ ਹੈ ਕਿ ਇੱਥੇ ਸੜਕਾਂ ਬਣਾਈਆਂ ਜਾਣ, ਸੀਵਰੇਜ ਪਾਇਆ ਜਾਵੇ, ਲਾਈਟਾਂ ਦਾ ਪ੍ਰਬੰਧ ਹੋਵੇ ਔਰ ਸਕੂਲ ਵੀ ਇੱਥੇ ਘੱਟੋ ਘੱਟ 10ਵੀਂ ਦਾ ਹੋਣਾ ਚਾਹੀਦਾ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਕੋਖਰ, ਪਿੰਡ ਦਾਊਂ।